समय की वड्डी खबर है बर्तन बनाउन वाली फैक्ट्री दी मशीन विच आके प्रवासी महिला दी होई मौके ते ही मौत। पीड़ित परिवार मांग रहा है इंसाफ। सत श्री अकाल, मैं हरविशक लियान ते तुसी देख रहे हो जीबीसी अपडेट। बताला अमृतसर रोड संदीप वाली गली बर्तन बनाउन वाली फैक्ट्री अमित होम फैक्ट्री विच वापरिया दर्दनाक हादसा। मशीन विच आके करीब 25 साल प्रवासी महिला अनुष्का दी होई मौके ते ही मौत। मृतका एक बच्चे दी मां भी सी। मशीन विच वाल आउन नाल वापरी मंदभागी घटना। पुलिस कर रही है मौके दी जांच। बटाले तो अवतार सिंह दी रिपोर्ट। सानू इंटीमेशन मिली है कि ज्योति नाम दी लड़की है जिहड़ी अमित गुप्ता दी फैक्ट्री भांडे वाली काम करदी। अजे आए हैं तो लगे हैं वेखण मौका वेख के। ओहदे मुताबक पता लगा वी इहदी मौत हो गई है ते ओहदे मुताबक जो भी कारवाई बनदी है। मौके ते आए हो, किस तरीके नाल इहनां दी मौत होई आ? इहदे मशीन दे विच ना इहदे वाल मले गए सिर दे ते ਉਹਦੇ ਮੁਤਾਬਕ ਹੀ ਵੇਖ ਕੇ ਲਗੇ ਕਰੋ। ਅਗਲੀ ਕਾਰਵਾਈ ਕੀ ਕਰਦੇ? ਅਜੇ ਆਏ ਮੌਕਾ ਵੇਖ ਕੇ ਉਹਦੇ ਮੁਤਾਬਕ ਕਰਦੇ। ਇਹਦੇ ਕੰਮ ਤੇ ਆਈ ਵਿਚਾਰੀ, ਕੀ ਹੋਇਆ ਨਹੀਂ ਹੋਇਆ ਤਾਂ ਬਾਬਾ ਨੂੰ ਪਤਾ ਹੋਊਗਾ, ਸਾਨੂੰ ਤਾਂ ਕੁਝ ਪਤਾ ਨਹੀਂ। ਹੁਣ ਆਣ ਕੇ ਕੀ ਵੇਖਿਆ ਤੁਸੀਂ? ਇੱਦਾਂ ਅੱਗ ਦੇਖੇ ਦੇਖੇ ਕਿ ਵਿਚਾਰੀ ਖੂਨ ਲਥਪਥ ਮਰੀ ਹੈ ਜੀ। ਕਹਿੰਦੇ ਕਿ ਪੈਰ ਫਿਸਲ ਗਈ ਹੈ। ਕੀ ਪਤਾ ਪੈਰ ਫਿਸਲਾ ਕੀ ਹੋਇਆ? ਮਤਲਬ ਪੈਰ ਫਿਰ ਬੰਦਾ ਖਿੱਚ ਵੀ ਸਕਦਾ ਨਾ। ਮਸ਼ੀਨ 'ਚ ਆਈ ਹੈ ਜਾਂ ਨਹੀਂ ਆਈ? ਆਈ ਹੈ ਮਸ਼ੀਨ 'ਤੇ। ਕਿਸੇ ਗੱਲ ਨੂੰ ਕੀ ਪੁਲਿਸ ਨੂੰ ਇਨਫੋਰਮ ਕੀਤਾ ਕਿ ਨਹੀਂ ਕੀਤਾ? ਨਹੀਂ, ਹਾਲੇ ਕਿਸੇ ਨੇ ਕੀਤਾ। ਕਿਨੇ ਨੂੰ ਕੀਤਾ? ਉਮਰ ਕਿਤੀ ਹੈ, ਕਿੰਨੀ ਹੈ ਦੀ? ਹਾਂਜੀ, ਉਮਰ ਕਿੰਨੀ ਲੜਕੀ ਦੀ? ਲੜਕੀ ਦੀ ਲੜਕੀ ਇਹੀ 21 ਸਾਲ ਹੋਣੀ ਉਮਰ। ਬਿਲਕੁਲ, ਇਨਫੋਰਮ ਕਿਉਂ ਨਹੀਂ ਕੀਤਾ ਪੁਲਿਸ ਨੂੰ? ਫਿਰ ਕਿਉਂ ਨਹੀਂ ਦੱਸਿਆ? ਹਾਂਜੀ, ਪੁਲਿਸ ਨੂੰ ਕਿਉਂ ਨਹੀਂ ਕੀਤਾ? ਨਹੀਂ, ਮੈਂ ਤਾਂ ਹੁਣੇ ਵੀ ਕੁਝ ਦਿਨ ਪਹਿਲਾਂ ਪਤਾ ਲੱਗਾ ਤਾਂ ਮੈਂ ਆਇਆ ਦੇਖਣ ਵਾਸਤੇ ਕੀ ਗੱਲਬਾਤ ਹੋਈ ਆ। ਫਿਰ ਆਪਣੇ ਮਾਲਕ ਨੂੰ ਬੁਲਾਇਆ ਜਿੱਥੋਂ ਮੈਂ ਰਹਿਣਾ ਹੁਣ, ਉਹ ਆਏ ਤਾਂ ਵੀ ਗੱਲਬਾਤ ਕੀ ਚੱਲਣ ਡਿਆ ਰੱਬ ਜਾਣੇ। ਬਿਲਕੁਲ, ਜਿਹੜੀ ਬੱਚੀ ਸੀ ਤੁਹਾਡੇ ਕੋਲ ਰਹਿੰਦੀ ਸੀ, ਸ਼ਾਦੀਸ਼ੁਦਾ ਸੀ? ਸ਼ਾਦੀਸ਼ੁਦਾ ਸੀ, ਪਤਾ ਕਰਲਾ ਦੌੜ ਗਿਆ ਜੀ ਛੱਡ ਕਰ। ਮੰਗ ਉਹਦੇ ਇਹ ਕਿ ਬੱਚੇ ਕੇ ਬਾਰੇ ਸੇ ਕੁਛ ਸੋਚੋ, ਉਹਦੇ ਬੱਚੇ ਕੁਛ ਕਰੋ ਕਿ ਉਹਦਾ ਬੱਚੇ ਬੜਾ ਹੋਣ, ਕੁਛ ਕਰਨਾ ਨਾ ਪੜੇ ਉਹਨੂੰ, ਕਿਉਂ ਅਸੀਂ ਬੁੱਢੇ ਹੋ ਚੁੱਕੇ ਹੋ। ਹੈਂ, ਕਬ ਮਰ ਜਾਣਾ, ਹਰਾ ਜਾਣਾ, ਲੇਕਿਨ ਕੁਛ ਰਹੇਗਾ ਉਸਕੋ, ਤਬ ਤੋ ਕੋਈ ਸ਼ਾਦੀ ਵਿਆਹ ਕਰ ਸਕਤੇ ਹੋ। ਕਾਮ ਕਰ ਰਹੇ ਥੇ ਆਪ ਵੀ? ਇਸੀ ਫੈਕਟਰੀ ਮੇਂ ਕਰਤੇ ਹੈ? ਨਹੀਂ, ਹਮ ਨੇ ਇੱਕ ਕਾਮ ਕਰਾ, ਮੇਰਾ ਲੜਕੀ। ਤੋ ਕਿਆ ਬਾਤ ਹੈ? ਕਾਮ ਕਰਤੇ ਹੋ ਕਹਤਾ ਚੁੰਨੀ ਵਾਰ ਲਪੇਟ ਲਿਆ ਮਸ਼ੀਨ ਮੇਂ। ਅਬ ਇਹ ਤੋ ਮੇਰੇ ਘਰ ਮੇਂ ਤੋ ਰੂਮ ਮੇਂ ਕਰ। ਉਰੀ ਉਰੀ ਬੋਲ ਨੂੰ ਭੇਜੀ। ਤੋ ਕਿਆ ਕਰਤਾ? ਚਲ ਗਏ ਤੇ ਬੋਲੀ। ਅਮਿਤ ਜੀ ਕੀ ਕੰਮ ਕਰਦੇ ਹੋ? ਮੇਰੀ ਬਰਤਨ ਦੀ ਫੈਕਟਰੀ ਹੈ। ਤੇ ਕੀ ਘਟਨਾ ਵਾਪਰੀ, ਕਿੰਨੇ ਵਜੇ ਵਾਪਰੀ? ਸ਼ਾਮੀ ਟਾਈਮ ਦਾ ਕੋਈ ਆਈਡੀਆ ਨਹੀਂ ਹੈ, ਥੋੜ੍ਹੀ ਦੇਰ ਹੋਈ ਹੈ ਕਿ ਲੜਕੀ ਕੰਮ ਕਰਦੀ ਪਈ ਸੀ, ਥੋੜ੍ਹੇ ਦਿਨ ਹੋਇਆ ਹਲੇ ਕੰਮ ਕਰਦੇ ਹੋਏ, ਚੱਕਰ ਆਇਆ ਉਹਨੂੰ, ਕੀ ਹੋਇਆ ਆਪਣੇ ਆਪ ਗਿਰ ਗਈ ਹੈ, ਉਹਦੇ ਵਾਲ ਵੀ ਬੈਲਟ 'ਚ ਵਾਲ ਆ ਗਏ, ਉਹਦੇ ਕਾਰਨ ਪਤਾ ਨਹੀਂ ਕੀ ਹੋਇਆ, ਜੋ ਵੀ ਹੈ, ਜੋ ਵੀ ਰੱਬ ਦਾ ਪਾਣਾ ਸੀ ਉਹ ਹੋ ਗਿਆ। ਬੈਲਟ 'ਚ ਵਾਲ ਆ ਗਏ, ਮਸ਼ੀਨ ਦੀ ਬੈਲਟ 'ਚ ਵਾਲ ਆਏ ਨੇ, ਉਹਦੇ ਕਾਰਨ ਜੋ ਵੀ ਰੱਬ ਦਾ ਪਾਣਾ ਸੀ ਗੋਡ ਨੂੰ ਮਨਜ਼ੂਰੀ ਉਹ ਹੋਇਆ। ਬਾਕੀ ਪੁਲਿਸ ਆ ਰਹੀ, ਜੋ ਵੀ ਕਾਰਵਾਈ ਬਣਦੀ ਹੈ ਦੇਖਦੇ ਹਾਂ ਜੀ।